सर ना खुशी दुख गए थे मौजूद ने खुशी ना गलबात करना करते हैं। खुशी सब तो पहले तो जानना चाहवांगी संदीप नाल कितना पुराना थोड़ा प्यार है। ਇਦਾਂ ਕਹਿੰਦੀ ਜੀ ਜਦੋਂ ਦੇ ਕਬੱਡੀ ਸੀ ਉਦੋਂ ਪਹਿਲਾਂ ਸੰਦੀਪ ਦਾ ਨਾਂ ਸੁਣਦੇ ਸੀ ਹੈ ਨਾ ਅਤੇ ਉਸ ਤੋਂ ਬਾਅਦ 2012 ਦੇ ਵਿੱਚ ਅਸੀਂ ਇੱਥੇ ਖੇਡੇ ਇਕੱਠੇ ਅਤੇ 2012 ਤੋਂ ਲੈ ਕੇ ਵੀ ਜਿੱਦਾਂ ਕਿ ਭਰਾਵਾਂ ਵਾਂਗੂ ਵਧੀਆ ਸਾਡਾ ਸੀ ਸਾਥ ਅਤੇ ਬਹੁਤ ਵਧੀਆ ਇਨਸਾਨ ਅਤੇ ਚੰਗੀ ਸੋਚ ਦਾ ਮਾਲਕ ਸੀ ਸੰਦੀਪ ਹੈ ਨਾ ਤੁਹਾਨੂੰ ਵੀ ਵਧੀਆ ਲੱਗਦਾ ਜੀ ਤਾਂ ਕਰਕੇ ਇੰਨਾ ਲੰਮਾ ਸਾਥ ਚੱਲਦਾ ਉਹਦੀਆਂ ਹਰ ਗੱਲ ਦੇ ਵਿੱਚ ਅਤੇ ਪੋਜ਼ਿਟਿਵਿਟੀ ਹੁੰਦੀ ਸੀ ਬੰਦੇ ਲਈ ਪੋਜ਼ਿਟਿਵ ਹਰੇਕ ਬੰਦੇ ਲਈ ਉਸ ਪੋਜ਼ਿਟਿਵ ਸੋਚਦਾ ਜੀ ਉਹ ਇੱਥੇ ਤੱਕ ਸੋਚਦਾ ਸੀ ਕਿ ਵੀ ਮੈਂ ਪਲੇਅਰਾਂ ਦੀ ਨਾ ਕਬੱਡੀ ਪਲੇਅਰਾਂ ਦੀ ਕਹਿੰਦੇ ਵੀ ਪੈਨਸ਼ਨ ਨਹੀਂ ਲੱਗਦੀ ਵੀ ਮੈਂ ਕਬੱਡੀ ਪਲੇਅਰਾਂ ਦੀ ਪੈਨਸ਼ਨ ਵੀ ਲਾ ਕੇ ਇਹ ਵੀ ਚੀਜ਼ ਮੈਂ ਦਿਖਾਊਂਗਾ। ਤੁਹਾਡਾ ਬਰਥਡੇ ਸੀ ਪਿੱਛੇ ਜੀ ਔਰ ਸੰਦੀਪ ਨੇ ਅਸੀਂ ਦੇਖਿਆ ਪੋਸਟ ਵੀ ਪਾਈ ਹੋਈ ਸੀ ਤੁਹਾਡੇ ਲਈ ਹੈ ਨਾ ਯਕੀਨ ਹੁੰਦਾ ਹੈ ਅਜੇ ਵੀ ਕਿ ਸੰਦੀਪ ਨਹੀਂ ਰਹੇ ਕਿਉਂਕਿ ਜਦੋਂ ਅਚਾਨਕ ਇਹ ਸਭ ਕੁਝ ਹੋਇਆ ਮੈਂ ਉਸ ਦਿਨ ਦੀ ਜੀ ਡੈਡ ਬੋਡੀ ਨਹੀਂ ਦੇਖੀ ਸੰਦੀਪ ਦੀ ਨਾ ਦੇਖੀ ਗਈ ਆ ਨਾ ਅਤੇ ਯਕੀਨ ਹੁੰਦਾ ਹੋਵੇ ਤਾਂ ਦੇਖ ਲਈਏ ਯਕੀਨ ਹੋ ਨਹੀਂ ਰਿਹਾ ਹੈ ਨਾ ਵੀ ਇੱਦਾਂ ਇੱਕ ਦਿਨ ਪਹਿਲਾਂ ਸਾਡੀ ਗੱਲ ਹੁੰਦੀ ਆ ਅਸੀਂ ਦੂਜੇ ਦਿਨ 15 ਤਰੀਕ ਨੂੰ ਖਜੂਰਲੇ ਕਬੱਡੀ ਕੱਪ 'ਤੇ ਖੇਡਣਾ ਸੀ ਅਤੇ ਬਸ ਜਾਦਾ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਉਹਨਾਂ ਦੇ ਜਿਹੜੇ ਉਹਨਾਂ ਦੇ ਬ੍ਰਦਰ ਹੈ ਉਹ ਅੰਗਰੇਜ਼ ਵੀਰੇ ਨਾਲ ਜਿੱਦਾਂ ਕਿ ਉਹਦੇ ਪਹਿਲੇ ਦਿਨ ਤੋਂ ਹੀ ਇਕੱਠੇ ਸੀ ਅਸੀਂ ਹੈ ਨਾ ਅਤੇ ਉਸ ਤੋਂ ਬਾਅਦ ਪਰਿਵਾਰ ਇੰਗਲੈਂਡ ਤੋਂ ਆਇਆ ਉਹਨਾਂ ਨਾਲ ਸਾਰਿਆਂ ਨਾਲ ਗੱਲ ਹੋਈ ਅਤੇ ਕੀ ਲੱਗਦਾ ਅੱਜ ਤੁਸੀਂ ਆਏ ਹੋ ਜਿਹੜੇ ਹੋਰ ਸੰਦੀਪ ਨੂੰ ਪਿਆਰ ਕਰਨ ਵਾਲੇ ਸੀ ਜਿਹੜੇ ਖਾਸ ਕਰ ਕਬੱਡੀ ਤੋਂ ਬਿਲੋਂਗ ਕਰਦੇ ਨੇ ਉਹ ਜਿਹੜੇ ਕਬੱਡੀ ਨਾਲ ਸੰਬੰਧ ਰੱਖਦੇ ਨੇ ਉਹ ਪਹੁੰਚਣਗੇ ਆ ਚੁੱਕੇ ਦੇਖ ਲਓ ਜੀ ਆਹ ਹਜੇ ਕੁਛ ਵੀ ਨਹੀਂ ਹੈ ਨਾ ਅਤੇ ਬਾਹਰ ਦੇਖ ਲਓ ਜਿੱਦਾਂ ਇੱਥੇ ਸੰਦੀਪ ਆਪਦੇ ਟੂਰਨਾਮੈਂਟ ਦਾ ਮੇਲਾ ਲਾਉਂਦਾ ਸੀ ਨਾ ਅੱਜ ਮੈਨੂੰ ਲੱਗਦਾ ਉਹਦੀ ਅੰਤਿਮ ਅਰਦਾਸ 'ਤੇ ਉਦੋਂ ਵੱਡਾ ਮੇਲਾ ਲੱਗੂਗਾ ਅਤੇ ਕਿਉਂਕਿ ਕਬੱਡੀ ਨੂੰ ਪਿਆਰ ਕਰਨ ਵਾਲੇ ਵੀ ਤੁਹਾਨੂੰ ਪਤਾ ਹੀ ਆ ਬਹੁਤ ਆ ਨਾ ਪਰ ਸੰਦੀਪ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਸੀ ਕਿਉਂਕਿ ਜਿਹੜੇ ਬੰਦੇ ਨਾਲ ਉਹ 5-4 ਮਿੰਟ ਉੱਠਿਆ ਬੈਠਿਆ ਤੇ ਉਹ ਬੰਦਾ ਉਹਨੂੰ ਭੁੱਲ ਨਹੀਂ ਸਕਦਾ। ਇਹ ਉਹਨਾਂ ਦੇ ਪਿੰਡ ਦੀ ਗਰਾਊਂਡ ਹੈ ਤੁਸੀਂ ਇੱਥੇ ਉਹਨਾਂ ਨਾਲ ਕਦੀ ਖੇਡੇ ਹੋਏ ਆ ਕਦੀ ਟੂਰਨਾਮੈਂਟ? ਹਾਂਜੀ ਇੱਥੇ ਪਿੰਡ ਦੀ ਗਰਾਊਂਡ ਨੂੰ ਉਹ ਆਰਗੇਨਾਈਜ਼ ਹੀ ਕਰਦਾ ਸੀ ਟੂਰਨਾਮੈਂਟ ਪਿੰਡ ਖੇਡਦਾ ਨਹੀਂ ਸੀਗਾ ਤੇ ਇੱਥੇ ਪਰ ਮੈਂ ਹਾਂ ਖੇਡਿਆ 2 ਟੂਰਨਾਮੈਂਟ ਖੇਡਿਆਂਗਾ ਤੇ ਜਿੱਦਾਂ ਕਿ ਜੀ ਸ਼ਾਹਕੋਟ ਦੀ ਟੀਮ 'ਚ ਮੈਂ ਖੇਡਦਾ ਸੀ ਅਤੇ 2 ਖੇਡਿਆ ਪਰ ਉਹ ਇਕੱਲਾ ਆਰਗੇਨਾਈਜੇਸ਼ਨ ਕਰਦਾ ਸੀ ਇੱਥੇ ਇੱਥੇ ਸਾਰਾ ਕੰਮ ਕਾਰ ਉਹੀ ਸਾਂਭਦਾ ਸੀ ਇਕੱਲਾ ਅਤੇ ਤਾਂ ਕਰਕੇ ਉਹ ਉਸ ਦਿਨ ਖੇਡਦਾ ਨਹੀਂ ਹੁੰਦਾ ਸੀ ਉੱਦਾਂ ਅਸੀਂ ਇਕੱਠੇ ਖੇਡਦੇ ਰਹਿੰਦੇ ਸੀ। ਸੋ ਇਸ ਸੰਸਾਰ ਨਾਲ ਖੁਸ਼ੀ ਦੁੱਗਾ ਔਰ ਖੁਸ਼ ਨੇ ਦੱਸਿਆ ਕਿ ਇਸ ਗਰਾਊਂਡ ਦੇ ਵਿੱਚ ਹੀ ਜਦੋਂ ਔਰਗਨਾਈਜ਼ ਕਰਵਾਏ ਜਾਂਦੇ ਸੀਗੇ ਟੂਰਨਾਮੈਂਟਸ ਕਿਉਂਕਿ ਸੰਦੀਪ ਦੇ ਪਿੰਡ ਦੀ ਗਰਾਊਂਡ ਹੈ ਇੱਥੇ ਖੁਸ਼ੀ ਹੋਣੀ ਜ਼ਰੂਰ ਖੇਡਦੇ ਹੁੰਦੇ ਸੀ ਪਰ ਉਹ ਨਹੀਂ ਖੇਡਦੇ ਹੁੰਦੇ ਸੀ ਕਿਉਂਕਿ ਉਹ ਔਰਗਨਾਈਜ਼ ਕਰਵਾਉਂਦੇ ਹੁੰਦੇ ਸੀ। ਸੋ ਅੱਜ ਇਸੇ ਗਰਾਊਂਡ ਦੇ ਵਿੱਚ ਉਹਨਾਂ ਦੇ ਅੰਤਿਮ ਦਰਸ਼ਨਾਂ ਲਈ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਨੂੰ ਇੱਥੇ ਰੱਖਿਆ ਜਾਵੇਗਾ। ਸੋ ਸੰਦੀਪ ਦੇ ਚਾਹੁਣ ਵਾਲੇ ਲਗਾਤਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗੇ। ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਧੰਨਵਾਦ।